ਭਰਾ ਕਿੱਦਾਂ ਸਾਰੇ ਠੀਕ ਠਾਕ ਹੋ ਆ ਦੇਖਿਓ ਮੜਾ ਜਿਹਾ ਦੀ ਕਰੀਏ ਗੱਲ ਤੇ ਉਹਦਾ ਹੀ ਰਾਂਦਾ ਵੀ ਹਾਂਜੀ ਸੁਣਿਆ ਤੁਸੀਂ ਵੀਡੀਓ ਤਾਂ ਦੇਖ ਹੀ ਲੈਣੀ ਆ ਜਾਂ ਦੇਖ ਲਈ ਹੋਊਗੀ ਜਾਂ ਦੇਖ ਲਓਗੇ ਇਹ ਹੈਗਾ ਜੀ ਬਲਕਾਰ ਨਕੀਲਾ ਕਹਿੰਦੇ ਨੀ ਛੋਟਾ ਭਾਂਡਾ ਜਦੋਂ ਭਰਦਾ ਨਾ ਤੇ ਖਤਰਨਾਕ ਹੁੰਦਾ ਸਿਆਣਿਆਂ ਦੀ ਕਹਾਵਤ ਹੁੰਦੀ ਆ ਕਹਿੰਦੇ ਛੋਟਾ ਭਾਂਡਾ ਉਨਾ ਕੀ ਰੱਖਣਾ ਚਾਹੀਦਾ ਉੱਤੋਂ ਥੋੜ੍ਹਾ ਜਿਹਾ ਊਣਾ ਊਣੇ ਦਾ ਮਤਲਬ ਤੁਸੀਂ ਸਮਝ ਹੀ ਗਏ ਆ ਤਾਂ ਮੈਂ ਠੇਠ ਪੰਜਾਬੀ ਚ ਬੋਲਦਾ ਨਾ ਅਸੀਂ ਮਿਡਲ ਕਲਾਸ ਫੈਮਿਲੀ ਦੇ ਬੱਚੇ ਆ ਅਸੀਂ ਜੋ ਕੁਝ ਵੀ ਨਾਮ ਬਣਾਇਆ ਤੁਹਾਡੇ ਪਿਆਰ ਸਿਰ ਤੇ ਬਣਾਇਆ ਦੂਸਰੀ ਗੱਲ ਇਹ ਹੈ ਵੀ ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਬਿਲਕੁਲ ਸਾਡਾ ਆਪਣਾ ਪਰਿਵਾਰ ਹੈ ਅਸੀਂ ਤਾਂ ਇੱਕ ਪਿੰਡੂ ਲੋਕ ਸਿੱਧੂ ਦੇ ਗੁਣ ਗਾਵੇ ਜਿਹਨੇ ਇਹਨੂੰ ਦੁਬਾਰਾ ਚਲਾਤਾ ਉਹ ਜਿਹੜਾ ਜਿਹੜਾ ਮੁੰਡਾ ਗਾਣੇ ਲਿਖ ਕੇ ਦਿੰਦਾ ਸੀ ਨਾ ਬੱਬੂ ਕਰੇ ਕੌਣ ਇੱਦਾਂ ਮੁੰਡਾ ਕਰਕੇ ਮੈਨੂੰ ਪੱਕਾ ਨਾਂ ਨਹੀਂ ਪਤਾ ਇਹਨਾਂ ਦੀ ਜਿੱਥੇ ਜਗ੍ਹਾ ਹੁੰਦੀ ਇਹਨਾਂ ਨੂੰ ਉੱਥੇ ਕੀ ਰੱਖਿਆ ਕਰੋ ਦੱਸ ਵੀ ਉੱਥੇ ਕੋਈ ਤੇਰੀ ਵੀ ਇਹਨਾਂ ਨੂੰ ਤੁਸੀਂ ਚੜਾਇਆ ਸਰੇ ਹੋਰ ਬਿਠਾਓ ਸਰ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਆਪਣਾ ਬਲਕਾਰ ਅਣਖੀਲਾ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਮਨਜਿੰਦਰ ਗੁਲਸ਼ਨ ਤੋਂ ਭਰਾਵਾਂ ਦੇ ਰੂਬਰੂ ਹੋਣ ਦਾ ਸਾਡਾ ਕਾਰਨ ਇਹ ਹੈ ਵੀ ਇੱਕ ਵੀਡੀਓ ਬਹੁਤ ਚੱਲ ਰਹੀ ਹੈ ਜਿਹਦੇ ਵਿੱਚ ਭਰਾ ਬਹੁਤ ਬਰਖਲਾਫ ਵੀ ਬੋਲ ਰਹੇ ਨੇ ਕੁਝ ਵਿੱਚ ਜਵਾਬ ਵੀ ਦੇ ਰਹੇ ਨੇ ਉਸ ਗੱਲ ਦਾ ਬਾਈ ਜੀ ਉਹਦੀ ਸੱਚਾਈ ਇਹ ਹੈ ਰਾਤ ਨੂੰ ਟੂਰਨਾਮੈਂਟ ਦੇ ਸ਼ੋਅ ਤੇ ਸਾਨੂੰ ਬੜੇ ਸਤਿਕਾਰ ਨਾਲ ਬੁਲਾਇਆ ਗਿਆ ਸੀ ਸਰਪੰਚ ਸਾਹਿਬ ਵੱਲੋਂ ਪੂਰੇ ਕਲੱਬ ਵੱਲੋਂ ਗਿੱਲ ਟਰਾਂਸਪੋਰਟ ਵਾਲਿਆਂ ਵੱਲੋਂ ਉੱਥੇ ਇੱਕ ਬੰਦੇ ਨੇ ਚਾਰ ਵਾਰੀ ਸ਼ਰਾਰਤ ਕੀਤੀ ਹੈ ਪਹਿਲਾਂ ਸਾਡੇ ਸਾਊਂਡ ਵਾਲੇ ਦੇ ਮਾਰਿਆ ਡਲਾ ਫਿਰ ਮਜੀਸ਼ੀਅਨ ਦੇ ਵਜਿਆ ਫਿਰ ਮੈਂ ਉਹਨੂੰ ਦੇਖ ਲਿਆ ਜਦੋਂ ਉਹਨੇ ਸਾਹਮਣੇ ਮੇਰੇ ਗੁਰਸ਼ਨ ਤੇ ਡਲੀ ਮਾਰੀ ਹੈ ਡਲੀ ਮਾਰੀ ਜਦੋਂ ਦੇਖ ਕੇ ਨਹੀਂ ਬਰਦਾਸ਼ਤ ਬਾਈ ਜੀ ਹੁੰਦਾ ਮੇਰੀ ਵਾਈਫ ਆ ਮੇਰੇ ਘਰ ਵਾਲੀ ਹੈ ਮੈਂ ਉਸ ਬੰਦੇ ਨੂੰ ਜੋ ਕੁਝ ਵੀ ਬੋਲਿਆ ਮੈਨੂੰ ਉਦੋਂ ਜਾਣੀ ਕਿ ਗੁੱਸਾ ਹੀ ਇੰਨਾ ਆਇਆ ਵੀ ਯਾਰ ਇਹ ਕਿਹੜੀ ਕਰਤੂਤ ਹੈ ਇਹ ਮਾੜੀ ਗੱਲ ਹੈ ਮੈਂ ਉਹਨੂੰ ਬੋਲ ਚੁੱਕਿਆ ਜੋ ਕੁਝ ਵੀ ਬੋਲਿਆ ਜੇ ਮੈਂ ਜ਼ਿਆਦਾ ਗਲਤ ਹੁੰਦਾ ਜਾਂ ਮੇਰਾ ਇਕੱਲੇ ਦਾ ਕਸੂਰ ਹੁੰਦਾ ਤੇ ਉੱਥੇ ਪੰਚਾਇਤ ਖੜੀ ਸੀ ਕਲੱਬ ਖੜਾ ਸੀ ਮੈਨੂੰ ਉਹ ਮੈਕ ਦੇ ਵਿੱਚ ਕੁਝ ਕਹਿੰਦੇ ਜਾਂ ਮੈਨੂੰ ਬਾਅਦ ਚ ਕਹਿੰਦੇ ਦੂਜੇ ਦਿਨ ਸਰਪੰਚ ਸਾਹਿਬ ਨੇ ਉਹਨਾਂ ਬੰਦਿਆਂ ਦੀ ਡੰਡ ਲਾਈ ਹੈ ਵੀ ਤੁਸੀਂ ਸ਼ੋਅ ਖਰਾਬ ਕੀਤਾ ਹੈ ਇਸ ਕਰਕੇ ਬਾਈ ਜੀ ਸਾਡਾ ਅਸੀਂ ਨਾ ਤਾਂ ਲੜਨ ਜਾਂਦੇ ਆ ਕਿਸੇ ਨਾਲ ਅਸੀਂ ਲੜਨ ਵਾਲੇ ਬੰਦੇ ਆ ਜੀ ਜੀ ਬਾਈ ਜੀ ਇੱਕ ਹੋਰ ਗੱਲ ਦੱਸ ਦਈਏ ਵੀ ਅਸੀਂ ਮਿਡਲ ਕਲਾਸ ਫੈਮਿਲੀ ਦੇ ਬੱਚੇ ਆ ਅਸੀਂ ਜੋ ਕੁਝ ਵੀ ਨਾਮ ਬਣਾਇਆ ਤੁਹਾਡੇ ਪਿਆਰ ਸਿਰ ਤੇ ਬਣਾਇਆ ਦੂਸਰੀ ਗੱਲ ਇਹ ਹੈ ਵੀ ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਬਿਲਕੁਲ ਸਾਡਾ ਆਪਣਾ ਪਰਿਵਾਰ ਹੈ ਅਸੀਂ ਤਾਂ ਇੱਕ ਪਿੰਡੂ ਲੋਕ ਦੇਸੀ ਲੋਕ ਆ ਜਿਹੜੇ ਲੋਕ ਆਪਣੀ ਧੀ ਭੈਣ ਦੀ ਇੱਜ਼ਤ ਲਈ ਕੁਝ ਵੀ ਕਰ ਸਕਦੇ ਨੇ ਗਾਲ ਨਿਕਲ ਗਈ ਠੀਕ ਹੈ ਪਰ ਗਾਲ ਉਦਾਂ ਦੀ ਕੱਢੀ ਹੈ ਕਿਉਂਕਿ ਇਹੋ ਜੀ ਗਈ ਹੋਈ ਹਰਕਤ ਕੋਈ ਇਦਾਂ ਦਾ ਨਹੀਂ ਕਰਦਾ ਹੁੰਦਾ ਜਿਹੜਾ ਖਾਨਦਾਨ ਦਾ ਹੋਵੇ ਆਪਣੇ ਪਿਓ ਦਾ ਹੋਵੇ ਉਹ ਇਹ ਜੀ ਹਰਕਤ ਗੰਦੀ ਕਰਦਾ ਨਹੀਂ ਹੁੰਦਾ ਕਿਸੇ ਦੇ ਘਰ ਵਾਲੀ ਨੂੰ ਡਲੀ ਮਾਰਨ ਵਾਲੀ ਠੀਕ ਹੈ ਫਿਰ ਵੀ ਜੇ ਕਿਸੇ ਨੂੰ ਬੁਰਾ ਲੱਗਿਆ ਕਿਸੇ ਦਾ ਦਿਲ ਦੁਖਿਆ ਤਾਂ ਸੌਰੀ ਪਰ ਇਹ ਸਾਡਾ ਫਰਜ਼ ਬਣਦਾ ਸੀ ਕਿਉਂਕਿ ਅੱਜ ਉਹਨੇ ਡਲੀ ਮਾਰੀ ਹੈ ਜੇ ਅਸੀਂ ਕੁਝ ਨਾ ਬੋਲਦੇ ਕੱਲ ਨੂੰ ਕੁਝ ਹੋਰ ਕਹਿੰਦੇ ਦੂਸਰੀ ਗੱਲ ਤੁਸੀਂ ਧਿਆਨ ਨਾਲ ਉਹ ਵੀਡੀਓ ਸੁਣਿਓ ਜਿਹੜੇ ਉਹਦੇ ਕੋਲ ਖੜੇ ਸੀ ਉਹੀ ਲੋਕ ਉਹਨੂੰ ਲਾਹਨਤਾਂ ਵੀ ਪਾ ਰਹੇ ਸੀ ਬਾਕੀ ਸਰਪੰਚ ਸਾਹਿਬ ਭਾਜੀਆਂ ਨੇ ਫੋਨ ਮਾਈਕ ਫੜ ਕੇ ਇਹ ਬੋਲਿਆ ਵੀ ਹੈ ਉਹਨਾਂ ਨੇ ਵੀ ਗੱਲਾਂ ਕੱਢੀਆਂ ਵੀ ਤੂੰ ਟੇਕ ਦੂਜੇ ਦਿਨ ਉਹਨਾਂ ਦੀ ਬੇਇੱਜ਼ਤੀ ਵੀ ਕਰੀ ਆ ਸਦਕੇ ਜੀ ਜੀ ਬਾਈ ਜੀ ਅਸੀਂ ਵੀ ਆਪਣੀ ਇੱਜ਼ਤਦਾਰ ਆ ਬਿਲਕੁਲ ਬਿਲਕੁਲ ਤੁਹਾਡਾ ਪਿਆਰ ਸਦਕਾ ਪਰਮਾਤਮਾ ਨੇ ਸਾਨੂੰ ਵੀ ਇੱਜ਼ਤ ਬਖਸ਼ੀ ਹੈ ਇਹ ਘਟੀਆ ਹਰਕਤ ਕਿਸੇ ਤੋਂ ਵੀ ਬਰਦਾਸ਼ਤ ਨਹੀਂ ਹੁੰਦੀ ਨਹੀਂ ਬਰਦਾਸ਼ਤ ਤੁਸੀਂ ਕਮੈਂਟਾਂ 'ਚ ਸਾਨੂੰ ਜ਼ਰੂਰ ਦੱਸਿਓ ਵੀ ਅਸੀਂ ਸਹੀ ਹੈ ਜਾਂ ਅਸੀਂ ਗਲਤ ਹੈ